जय गुरुजी जय गुरुजी संगत जी गुरुजी गुरु दे हुक्म अनुसार आज फेर ਤੁਹਾਡੇ ਸੇਵਾ ਦੇ ਵਿੱਚ ਗੁਰੂ ਜੀ ਦੀਆਂ ਬਖਸ਼ਿਸ਼ਾਂ ਗੁਰੂ ਜੀ ਦੀਆਂ ਕੁਝ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਸਾਰੀ ਸੰਗਤ ਨੂੰ ਪਤਾ ਸਾਰੀ ਦੁਨੀਆ ਨੂੰ ਪਤਾ ਗੁਰੂ ਜੀ ਬਹੁਤ ਜਾਣੀ ਜਾਣ ਸਕ ਕੋਈ ਵੀ ਗੱਲ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਪਹਿਲਾਂ ਹੀ ਉਹਨੂੰ ਦੱਸ ਦੇਣਾ ਪਹਿਲਾਂ ਅਗਾਹ ਕਰ ਦੇਣਾ ਔਰ ਕੋਈ ਵੀ ਪਰੇਸ਼ਾਨੀ ਆਉਣ ਵਾਲੀ ਹੋਣੀ ਆ ਬੜੇ ਗੁਰੂ ਜੀ ਦੇ ਇਹ ਛੋਟੇ-ਛੋਟੇ 사ਸੰਗ بڑے ਹੈਗੇ ਆ ਜਿਵੇਂ ਤੁਸੀਂ ਆਪਣਾ ਇੱਥੇ ਜਲੰਧਰ ਇੱਕ ਕੈਂਟ ਵਿੱਚ ਅੰਕਲ ਸੰਗਏ ਉਹਨਾਂ ਨੂੰ ਗੁਰੂ ਜੀ ਨੇ ਇੱਕ ਵਾਰ ਮਨਾ ਕੀਤਾ ਕਹਿੰਦੇ ਅੰਕਲ ਹੁਣ ਸ਼ਰਾਬ ਨਾ ਪੀਵੇਂ ਤੂੰ ਉਹਨਾਂ ਨੇ ਕਿਹਾ ਠੀਕ ਹੈ ਜੀ ਇਹ ਇਹ ਵੀ ਇੱਕ ਕੌਤਕ ਹੁੰਦੇ ਆ ਗੁਰੂ ਜੀ ਦੇ ਕਿ ਅਸੀਂ ਲੋਕ ਗਲਤੀਆਂ ਕਰਦੇ ਆ ਔਰ ਉਹਨਾਂ ਗਲਤੀਆਂ ਦੀ ਆ ਮਾਫੀ ਗੁਰੂ ਜੀ ਨੇ ਦੇਣੀ ਹੁੰਦੀ ਆ ਔਰ ਇੱਕ ਕੌਤਕ ਦੁਨੀਆ ਦੇ ਸਾਹਮਣੇ ਇੱਕ ਪੇਸ਼ ਕਰਨਾ ਹੁੰਦਾ ਐਗਜ਼ਾਮਪਲ ਦੇਣੀ ਹੁੰਦੀ ਆ ਕਿ ਜੋ ਮੈਂ ਤੈਨੂੰ ਕਿਹਾ ਸੀ ਉਹ ਸੱਚ ਮੈਂ ਤਾਂ ਇਨਸਾਨ ਬੜਾ ਕੁਝ ਸੋਚਦਾ ਉਹ ਸੋਚਦਾ ਜਾਂਦਾ ਪਲਸ ਮਾਈਨਸ ਬਹੁਤ ਕੁਛ ਕਰਦਾ ਔਰ ਫਿਰ ਫੈਸਲੇ ਵੀ ਗਲਤ ਕਈ ਵਾਰ ਕਰ ਲੈਂਦਾ ਅੰਕਲ ਨੂੰ ਕਿਹਾ ਸ਼ਰਾਬ ਉਹ ਅੱਜ ਤੋਂ ਬਾਅਦ ਦਾ ਬੀਵੀ ਤੈਨੂੰ ਨੁਕਸਾਨ ਕਰੇਗੀ ਇਹਨਾਂ ਨੇ ਕਿਹਾ ਠੀਕ ਹੈ ਗੁਰੂ ਜੀ ਕੁਝ ਟਾਈਮ ਨਿਕਲਿਆ ਉਹਨਾਂ ਦੇ ਮੁੰਡੇ ਦਾ ਵਿਆਹ ਆ ਗਿਆ ਉਹਨਾਂ ਨੇ ਖੁਸ਼ੀ ਦੇ ਵਿੱਚ ਪੀ ਲਈ ਜਿੱਦਾਂ ਹੀ ਪੀਤੀ ਸਤਾ ਹਸਪੀਟਲ ਅਟੈਕ ਆਇਆ ਉਹਨਾਂ ਨੂੰ ਹਸਪਤਲ ਪਹੁੰਚ ਗਏ ਹਸਪਤਲ ਪਹੁੰਚੇ ਤੇ ਚਲੋ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ ਤੇ ਗੁਰੂ ਜੀ ਦੇ ਕੋਲ ਆਏ ਕਹਿੰਦੇ ਮੈਂ ਤਾਂ ਪਹਿਲੇ ਹੀ ਮਨਾ ਕੀਤਾ ਸੀ ਉਹਨੂੰ ਸ਼ਰਾਬ ਕਿਉਂ ਪੀਤੀ ਹੁੰਦੇ ਕਹਿੰਦੇ ਇਸ ਵਾਰ ਬਚਾ ਲਿਆ ਹੁਣ ਅੱਗੇ ਤੋਂ ਧਿਆਨ ਰੱਖੇ ਉਹ ਇਹ ਵੀ ਇੱਕ ਕੌਤਕ ਕਰਦਾ ਬੜਾ ਜ਼ਰੂਰੀ ਹੁੰਦਾ ਸੀ ਗੁਰੂ ਜੀ ਵਾਸਤੇ ਜੇ ਨੂੰ ਕਹਿੰਦੇ ਨਾ ਕਿ ਠੋਕ ਵਜਾ ਕੇ ਗੱਲ ਕਹਿਣੀ ਤੇ ਜੇ ਨੂੰ ਕਹਿੰਦੇ ਆ ਕਿ ਸਮਝ ਵੀ ਤਾਂ ਹੀ ਆਂਦੀ ਆ ਜਦੋਂ ਸਾਨੂੰ ਅਸੀਂ ਜਦੋਂ ਗਲਤੀਆਂ ਕਰਦੇ ਆ ਜਦੋਂ ਅਸੀਂ ਠੋਕਰ ਖਾਂਦੇ ਆ ਉਦੋਂ ਸਮਝ ਆਂਦੀ ਆ ਬਹੁਤ ਘੱਟ ਵਿਰਲੇ ਬੰਦੇ ਹੁੰਦੇ ਆ ਜਿਹੜੇ ਠੋਕਰ ਖਾਣ ਤੋਂ ਪਹਿਲਾਂ ਹੀ ਸੰਭਲ ਜਾਂਦੇ ਆ ਬਹੁਤ ਘੱਟ ਬੰਦੇ ਹੁੰਦੇ ਆ ਕਾਫੀ ਲੋਗਾ ਦੀ ਜਿਹੜੀ ਫਿਤਰਤ ਆ ਉਹ ਠੋਕਰ ਖਾ ਕੇ ਸਮਝਦੇ ਹੋ ਮੇਰੇ ਨਾਲ ਵੀ ਇੱਕ ਵਾਰੀ ਇਦਾਂ ਹੀ ਹੋਇਆ ਸੀਗਾ ਮੈਂ ਉਸ ਟਾਈਮ ਤੇ ਜਦੋਂ ਬਚਪਨ ਤੋਂ ਹੀ ਸਾਡੇ ਘਰ ਜੋ ਮਾਹੌਲ ਹੁੰਦਾ ਉਦਾਂ ਦੇ ਬੱਚੇ ਨੂੰ ਆਦਤ ਪੈ ਜਾਂਦੀ ਆ ਬਚਪਨ ਤੋਂ ਹੀ ਮੈਂ ਨਾਨ-ਵੈਜੀਟੇਰੀਅਨ ਸੀਗਾ ਬਹੁਤ ਨਾਨ-ਵੈਜ ਖਾਂਦਾ ਹੁੰਦਾ ਸੀ ਮਤਲਬ ਕਿ ਹਰ ਟਾਈਮ ਨਾਨ-ਵੈਜ ਹਰ ਟਾਈਮ ਨਾਨ-ਵੈਜ ਗੁਰੂ ਜੀ ਨੇ ਮੈਨੂੰ ਇੱਕ ਦਿਨ ਪੁੱਛਿਆ ਮੈਂ ਉਸ ਵੇਲੇ ਸੇਵਾਚੀ ਹੁੰਦਾ ਸੀ ਤੇ ਮੈਨੂੰ ਗੁਰੂ ਜੀ ਦੇ ਨਾ ਇੱਦਾਂ ਹੀ ਲੌਬੀ ਚ ਟਹਿਲਦੇ ਪਏ ਤੇ ਮੈਨੂੰ ਪੁੱਛਿਆ ਕਹਿੰਦੇ ਤੂੰ ਅੰਡਾ ਖਾਨਾ ਮੈਂ ਕਹਾ ਹਾਂਜੀ ਗੁਰੂ ਜੀ ਮੈਂ ਘਰ ਗਿਆ ਸੀ ਤਾਂ ਮੈਂ ਉਹ ਵੀ ਖਾ ਕੇ ਆਇਆ ਅੱਛਾ ਕਹਿੰਦੇ ਅੱਜ ਤੋਂ ਬਾਅਦ ਨਾ ਖਾਣੇ ਤੈਨੂੰ ਨਾਲ ਸੂਟ ਦੀ ਕਰੇਗਾ ਹੁਣ ਮੈਂ ਠੀਕ ਹੈ ਗੁਰੂ ਜੀ ਮੈਂ ਗੁਰੂਈ ਨੂੰ ਜਵਾਬ ਦਿੱਤਾ ਤੇ ਮੈਂ ਸ਼ਾਇਦ ਝਾੜੂ ਮਾਰਦਾ ਪਿਆ ਸੀ ਉਸ ਵੇਲੇ ਲੌਪੀ ਦੇ ਵਿੱਚ ਝਾੜੂ ਮਾਰਦਾ ਮਾਰਦਾ ਮੈਂ ਹਾਲ ਦੇ ਵਿੱਚ ਚਲਾ ਗਿਆ ਤੇ ਗੱਲ ਉੱਥੇ ਹੀ ਆ ਜਾਂਦੀ ਆ ਕਿ ਜਦ ਤੱਕ ਖੋਕਰ ਨਾ ਖਾਓ ਤਦ ਤੱਕ ਸਮਝ ਨਹੀਂ ਆਂਦੀ ਬੰਦੇ ਨੂੰ ਹਫਤਾ 10 ਦਿਨ ਨਿਕਲਿਆ ਤੇ ਮੈਂ ਗੁਰੂ ਜੀ ਨੇ ਨਾ ਮੈਨੂੰ ਭੇਜਿਆ ਉੱਥੇ ਕੈਸਟ ਵਾਸਤੇ ਕਿ ਉਸਲੇ ਕੈਸਟ ਆਂਦੀਆਂ ਹੁੰਦੀਆਂ ਸੀ ਸ਼ਬਦਾਂ ਦੀਆਂ ਕਹਿੰਦੇ ਜਾ ਪੁੱਛ ਕੇ ਆ ਉਹਨੂੰ ਨਵੀਆਂ ਕੈਸਟਾਂ ਸ਼ਬਦਾਂ ਦੀਆਂ ਆਈਆਂ ਤੇ ਮੈਂ ਪੁੱਛਿਆ ਪੁੱਛ ਕੇ ਤੇ ਮੈਂ ਘਰ ਚਲਾ ਗਿਆ ਬਿਲਕੁਲ ਨਾਲ ਹੀ ਸਾਡਾ ਘਰ ਹੁੰਦਾ ਸੀ ਤੇ ਲੰਗਰ ਖਾਣ ਦੀ ਉੱਥੇ ਮੰਦਿਰ ਦੇ ਵਿੱਚ ਜਦੋਂ ਗੁਰੂਏ ਦਾ ਫਾਸਟ ਹੁੰਦਾ ਸੀ ਤੇ ਉੱਥੇ ਲੰਗਰ ਨਹੀਂ ਆਂਦਾ ਹੁੰਦਾ ਸੀ ਔਰ ਜਦੋਂ ਗੁਰੂ ਜੀ ਦਾ ਫਾਸਟ ਖੁੱਲਦਾ ਸੀ ਉਦੋਂ ਦੁਨੀਆ ਕਾਫੀ ਪ੍ਰਸ਼ਾਦ ਲੰਗਰ ਲਿਆਣਾ ਉਹਨਾਂ ਨੇ ਜਿੱਦਾਂ ਮਠਿਆਈ ਦੇ ਡੱਬੇ ਆ ਗਏ ਲੰਗਰ ਵੀ ਆ ਗਿਆ ਬਣ ਕੇ ਧਰੋ ਤੇ ਮੈਂ ਨਾ ਘਰ ਚਲਾ ਗਿਆ ਤੇ ਭੁੱਖ ਬੜੀ ਲੱਗੀ ਉਸੇ ਮੰਮੀ ਕਹਿੰਦੇ ਮੈਂ ਕਿਹਾ ਮੰਮੀ ਕੁਝ ਖਾਣ ਨੂੰ ਦੇ ਦਿਓ ਮੰਮੀ ਕਹਿੰਦੇ ਬੜਿਆ ਤੇ ਕੁਝ ਨਹੀਂ ਦੋ ਅੰਡਿਆਂ ਦੀ ਭੁਰਜੀ ਬਣਾ ਦਵਾ ਤੈਨੂੰ ਮੈਂ ਕਿਹਾ ਬਣਾ ਦਿਓ ਮੇਰੇ ਦਿਮਾਗ ਚੋਂ ਨਿਕਲ ਗਿਆ ਸੀਗਾ ਕਿ ਗੁਰੂ ਜੀ ਨੇ ਅੰਡਾ ਤੇ ਮਨਾ ਕੀਤਾ ਹੋਇਆ ਔਰ ਮੈਂ ਰੋਟੀਆਂ ਬਣਾਈਆ ਮੰਮੀ ਨੇ ਤੇ ਮੈਂ ਜੋ ਵੀ ਉਸ ਵੇਲੇ ਖਾ ਕੇ ਮੈਂ ਫੜਾਫਟ ਅਜੇ ਮੰਦਿਰ ਦੀ ਮੈਂ ਪਹੁੰਚਿਆ ਅਜੇ ਘਰ ਚੀ ਸਗਾ ਜੇ ਨਿਕਲਣਾ ਸੀ ਮੈਂ ਅਜੇ ਔਰ ਅੰਦਾ ਖਾਂਦਾ ਹੀ ਮੇਰੀ ਉਹ ਹਾਲਤ ਬੁਰੀ ਹੋਈ ਉਹ ਹਾਲਤ ਬੁਰੀ ਹੋਈ ਪੇਟ 'ਚ ਮੇਰੇ ਇੰਨੀ ਦਰਦ ਔਰ ਮੈਂ ਉਸ ਨੇ ਇੰਨੀ ਦਰਦ ਸਹਿਣ ਕੀਤੀ ਕਿ ਮੈਨੂੰ ਐਦਾਂ ਲੱਗਦਾ ਪਿਆ ਸੀ ਜਿਵੇਂ ਨਾ ਮੇਰੇ ਅੱਜ ਪ੍ਰਾਣ ਨਿਕਲ ਜਾਣੇ ਮੰਮੀ ਨੇ ਸਾਹਮਣੇ ਸਾਡਾ ਗਵਾਂਢੀ ਹੁੰਦਾ ਸੀ ਜਿੰਨਾ ਕੋ ਕਾਰ ਹੁੰਦੀ ਸੀ ਉਹ ਫੋਰ ਲੈ ਤੇ ਸਾਡੇ ਭੂਆ ਜੀ ਦਾ ਹੀ ਘਰ ਸਭਾ ਉਹ ਤੇ ਉਹਨਾਂ ਨੂੰ ਫੜਾ ਫੜ ਮੁੰਡੇ ਨੂੰ ਬੁਲਾਇਆ ਤੇ ਕਹਿੰਦੇ ਇਦਾਂ ਬਾਵੇ ਦੀ ਤਬੀਅਤ ਖਰਾਬ ਹੋ ਗਈ ਇਹਨੂੰ ਫੜਾ ਫੜ ਡਾਕਟਰ ਦੇ ਲੈ ਕੇ ਜਾਣਾ ਇਨੀ ਦਰਦ ਇਨੀ ਪੇਨਫੁਲ ਮਦਰ ਕੀ ਪਸੀਨੇ ਛੁੱਟ ਰਹੇ ਸੀ ਮੇਰੇ ਨਾ ਹਾਲਤ ਬਹੁਤ ਖਰਾਬ ਹੋ ਰਹੀ ਸੀ ਉਸ ਤੇ ਮੈਂ ਜਦੋਂ ਘਰ ਉੱਥੇ ਹਸਪੀਟਲ ਪਹੁੰਚਿਆ ਤੇ ਡਾਕਟਰ ਨੇ ਪੇਨ ਕਿਲਰ ਦਰਤ ਪਹਿਨਾ ਇੰਜੈਕਸ਼ਨ ਲਗਾਏ ਮੇਰੇ ਤੇ ਮੰਮੀ ਚਲੇ ਕੇ ਗੁਰੂ ਜੀ ਦੇ ਕੋਲ ਤੇ ਜਾਣਦੇ ਆ ਜੇ ਮੰਮੀ ਨੇ ਜੇ ਦੱਸਿਆ ਉਹ ਗੁਰੂ ਜੀ ਬਾਵੇ ਦੇ ਦਾਦਾ ਹੋ ਗਿਆ ਕਹਿੰਦੇ ਉਹਨੂੰ ਤਾਂ ਮਨਾ ਕੀਤਾ ਸੀ ਆਂਡੇ ਖਾਣ ਕਿਉਂ ਆਂਡਾ ਖਾਦਾ ਮੈਂ ਮੰਮੀ ਕਹਿੰਦੇ ਉਹਨੇ ਮੈਨੂੰ ਤੇ ਦੱਸਿਆ ਨਹੀਂ ਉਹਨੇ ਕਿ ਤੁਸੀਂ ਮਨਾ ਕੀਤਾ ਹੋਇਆ ਉਹਨੂੰ ਤੇ ਫਿਰ ਗੁਰੂ ਜੀ ਨੇ ਥੋੜੀ ਦੇਰ ਬਾਅਦ ਕੀ ਕਹਿੰਦੇ ਕੋਈ ਨਹੀਂ ਉਹ ਠੀਕ ਹੋ ਜਾਏਗਾ ਤੇ ਜਦੋਂ ਆਏਗਾ ਘਰ ਤੇ ਉਹਨੂੰ ਸਮਝਾਈ ਅੰਡਾ ਨਹੀਂ ਖਾਣਾ ਦੁਬਾਰਾ ਉਹ ਟਾਈਮ ਥੋੜਾ ਜਿਹੜਾ ਨਿਕਲਿਆ ਮੇਰਾ ਇੰਨੀ ਦਰਦ ਦਾ ਡਾਕਟਰ ਕਦੀ ਕੋਈ ਪੇਨਕিলার ਲਾਂਦਾ ਸੀ ਕਦੀ ਕੋਈ ਪੇਨਕিলার ਲਾਂਦਾ ਸੀ ਕਾਫੀ ਦਿਨ ਜਾ ਕੇ ਮੈਨੂੰ ਫਿਰ ਆਰਾਮ ਆਇਆ ਜਦੋਂ ਗੁਰੇ ਨੇ ਬਖਸ਼ਿਸ਼ ਭੇਜੀ ਹੋਣੀ ਆ ਉਦੋਂ ਮੈਨੂੰ ਆਰਾਮ ਆਇਆ ਤੇ ਫਿਰ ਮੈਂ ਜਦੋਂ ਠੀਕ ਹੋਇਆ ਡਾਕਟਰ ਨੇ ਮੈਨੂੰ ਰਿਲੀਜ਼ ਕੀਤਾ ਤੇ ਘਰ ਮੈਂ ਜਦੋਂ ਗਿਆ ਤੇ ਫਿਰ ਮੈਂ ਜਦੋਂ ਸ਼ਾਮੀ ਗੁਰੂਈਵਾਲ ਗਿਆ ਤੇ ਮੈਨੂੰ ਜਾਂਦੇ ਹੀ ਕਹਿੰਦੇ ਕਹਿੰਦੇ ਤੈਨੂੰ ਆਂਡਾ ਮਨਾ ਕੀਤਾ ਸੀ ਨਾ ਮੈਂ ਮੈਂ ਕਿਹਾ ਹਾਂਜੀ ਗੁਰਜੀ ਮੈਂ ਭੁੱਲ ਗਿਆ ਸੀ ਕਹਿੰਦੇ ਹੁਣ ਯਾਦ ਰਹੇਗਾ ਤੈਨੂੰ ਮੈਂ ਕਿਹਾ ਹਾਂਜੀ ਗੁਰਜੀ ਹੋਰ ਤਾਂ ਸਾਰੀ ਜ਼ਿੰਦਗੀ ਤੱਕ ਯਾਦ ਰਹੇਗਾ ਮੇਨੂੰ ਕਹਿੰਦੇ ਹਾਂ ਕਹਿੰਦੇ ਕਈ ਬੰਦੇ ਇਹ ਗੁਰੂ ਜੀ ਨੇ ਉਸਲੇ ਕਹੇ ਸੀ ਕਹਿੰਦੇ ਕਈ ਬੰਦੇ ਨਾ ਸੋਟਾ ਖਾ ਕੇ ਮੁੜਦੇ ਆ ਕਹਿੰਦੇ ਤੇਰੇ ਵਰਗੇ ਉਹ ਛੋਟਾ ਖਾ ਕੇ ਮੁੜਦੇ ਆ ਚਲੋ ਗੁਰੂ ਜੀ ਨੇ ਇੱਕ ਵਾਰੀ ਮੈਨੂੰ ਇਦਾਂ ਹੀ ਇਹਨਾਂ ਨੇ ਕਿਹਾ ਕਿ ਕਹਿੰਦੇ ਤੂੰ ਕਦੀ ਅੰਮ੍ਰਿਤਸਰ ਗਿਆ ਮੈਂ ਕਿਹਾ ਗੁਰੂ ਜੀ ਕਦੀ ਐਤਾ ਤੇ ਨਹੀਂ ਕਦੀ ਗਿਆ ਬਚਪਨ ਚ ਇੱਕ ਦੋ ਵਾਰ ਹੀ ਗਿਆ ਹੋਣਾ ਵਾ ਉਹ ਜਦੋਂ ਤੁਹਾਡੇ ਕੋਲ ਆਣਾ ਸ਼ੁਰੂ ਕੀਤਾ ਤੇ ਸਾਡਾ ਸਾਰਾ ਕੁਝ ਹੀ ਤੁਹਾਡੇ ਇੱਥੇ ਹੀ ਆ ਅਸੀਂ ਕਦੀ ਚੌਂਪ ਵਾਲੇ ਗੁਰਦੁਆਰੇ ਚ ਨਹੀਂ ਗਏ تھے ਅਮਰਸਰ ਤੇ ਬਹੁਤ ਦੂਰ ਦੀ ਗੱਲ ਆ ਮੈਨੂੰ ਕਹਿੰਦੇ ਕਹਿੰਦੇ ਤੂੰ ਨਾ ਹਰ ਸ਼ਨੀਵਾਰ ਅ 40 ਸ਼ਨੀਵਾਰ ਨਾ ਉਥੇ ਦਰਬਾਰ ਸਾਹਿਬ ਮੱਥਾ ਟੇਕਿਆ ਰਾਤ ਨੂੰ ਇੱਥੋਂ ਚਲਾ ਗਿਆ ਰਾਤ ਨੂੰ ਉੱਥੇ ਜਾ ਕੇ ਨਾਲੇ ਸੇਵਾ ਕੀਤੀ ਥੋੜੀ ਬਹੁਤੀ ਤੇ ਅ ਅਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਮਥਾ ਢੇਕੇ ਵਾਪਸ ਆ ਜਾ ਸੇਰੇ ਸੇਰੇ ਐਕ ਤੈ ਕਿ ਤੂੰ ਸੋਣਾ ਹੀ ਹੁੰਦਾ ਤੂੰ ਤੂੰ ਇਹ ਰਾਤ ਨੂੰ ਕੰਮ ਕਰਕੇ ਆ ਜਾ ਘਰ ਦਿਨੇ ਇੱਥੇ ਸੇਵਾ ਕਰਿਆ ਕਰ ਮੈਂ ਤਾਂ ਠੀਕ ਆ ਕੁਝੀ ਲਓ ਜੀ ਮੇਰੀ ਰੂਟੀਨ ਬਣ ਗਈ ਹਰ ਸ਼ਨੀਵਾਰ ਮੈਂ ਦਰਬਾਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਸ਼ੁਰੂ ਕੀਤਾ ਤੇ ਕਾਫੀ ਟਾਈਮ ਨਿਕਲਦਾ ਗਿਆ ਤੇ ਮੈਨੂੰ ਗੁਰੂ ਜੀ ਨੇ ਪੁੱਛਿਆ ਇੱਕ ਦਿਨ ਕਹਿੰਦੇ ਕਿੰਨੇ ਸ਼ਨੀਵਾਰ ਹੋ ਗਏ ਤੇਰੇ ਮੈਂ ਤਾਂ ਗੁਰੂ ਜੀ 35 36 ਹੋ ਗਏ ਆ 4 ਜਾਂ 5 ਰਹਿ ਗਏ ਆ 4 ਉਸ ਵਲੇ ਕਹੇ ਸੀ 4 ਰਹਿ ਗਏ ਕਹਿੰਦੇ ਇਦਾਂ ਕਰ 5 ਵਾਰ ਜਾ ਆ ਵਾਤ ਜਾਵੇ ਘਟਣਾ ਨਹੀਂ ਚਾਹੀਦਾ ਚਾਲੀਆਂ ਤੋਂ ਮੈਂ ਕਿਹਾ ਠੀਕ ਆ ਗੁਰੂ ਜੀ ਸਤਿਵਚਨ ਆਪਾਂ 5 ਸ਼ਨੀਵਾਰ ਗਏ ਜਾ ਕੇ ਰੁਕ ਗਏ ਔਰ ਜਦੋਂ ਇਹ ਸਿਸਟਮ ਦਾ ਸਾਰਾ ਖਤਮ ਹੋ ਗਿਆ ਤੇ ਮੈਂ ਇੱਕ ਦਿਨ ਵੈਸੀ ਗੁਰੇ ਦੀ ਕਮਰੇ ਚ ਬੈਠਾ ਸੇਵਾ ਕਰ ਰਿਹਾ ਸੀ ਤੇ ਮੈਂ ਗੁਰੂ ਜੀ ਨੂੰ ਪੁੱਛਿਆ ਮੈਂ ਕਿ ਗੁਰੂ ਜੀ ਤੁਸੀਂ ਮੈਨੂੰ ਅੰਮ੍ਰਿਤਸਰ ਕਿਉਂ ਭੇਜਿਆ ਸੀ ਕੀ ਕਾਰਨ ਕੀ ਸੀ ਉਹਦਾ ਕਹਿੰਦੇ ਕਮਲਿਆ ਜਰੂਰ ਸੁੱਕਣਾ ਸੁੱਕ ਕੇ ਜਾਣਾ ਸੀ ਤੂੰ ਤੈਨੂੰ ਮੈਂ ਪਹਿਲਾਂ ਹੀ ਭੇਜ ਦਿੱਤਾ ਸੋ ਐਡੀ ਵੱਡੀ ਬਲੇਸਿੰਗ ਐਡੀ ਐਡੇ ਜਾਨੀ ਜਾਨ ਪਰਮਾਤਮਾ ਤੁਹਾਡੇ ਨਾਲ ਬੈਠੇ ਹੋਣ ਔਰ ਤੁਹਾਨੂੰ ਚਲਾ ਰਹੇ ਹੋਣ ਤੇ ਅਸੀਂ ਫੇਰ ਉਸ ਨੇ ਇੰਨੀਆਂ ਗਲਤੀਆਂ ਕਰਦੇ ਆ ਇੰਨਾ ਕੁਝ ਕਰਦੇ ਆ ਔਰ ਉਸ ਵਲੇ ਅਸੀਂ ਸਮਝਦੀ ਪਾਉਂਦੇ ਕਿ ਅਸੀਂ ਅੱਜ ਵੀ ਅਸੀਂ ਗੁਰੂ ਜੀ ਦੀ ਫੋਟੋ ਸਾਹਮਣੇ ਨਾ ਹੋਵੇ ਜਾਂ ਬਾਹਰ ਕਿਤੇ ਵੀ ਅਸੀਂ ਬੈਠੇ ਹੋਈਏ ਕਈ ਵਾਰ ਅਸੀਂ ਕੋਈ ਗੱਲ ਕਰ ਲੈਂਦੇ ਕਿਹੜਾ ਗੁਰੂ ਜੀ ਦੇਖਦੇ ਪਏ ਆ ਗੁਰੂ ਜੀ ਸਭ ਕੁਝ ਦੇਖਦੇ ਪਏ ਆ ਇਹ ਮਤ ਸੋਚਣਾ ਕਿ ਗੁਰੂ ਜੀ ਕਿਤੇ ਨਹੀਂ ਹੈਗੇ ਜੇ ਅਸੀਂ ਕਹਿੰਨੇ ਆ ਨਾ ਕਣ-ਕਣ ਵਿੱਚ ਪ੍ਰਮਾਤਮਾ ਮੀਨਜ਼ ਕਣ-ਕਣ ਵਿੱਚ ਗੁਰੂ ਜੀ ਆ ਜੇ ਹਵਾ ਦੇ ਕਣ ਦੇ ਵਿੱਚ ਵੀ ਅਸੀਂ ਜਿੱਥੇ ਵੀ ਬੈਠੇ ਉੱਥੇ ਵੀ ਹਵਾ ਹੈਗੀ ਆ ਹਵਾ ਦਾ ਕਣ ਉੱਥੇ ਵੀ ਹੈਗਾ ਤੇ ਗੁਰੂ ਜੀ ਦੀ ਨਿਗਾ ਉੱਥੇ ਵੀ ਹੈਗੀ ਆ ਸਾਨੂੰ ਸਭ ਸਾਰੀ ਦੁਨੀਆ ਨੂੰ ਦੇਖਦੇ ਪਏ ਆ ਅਸੀਂ ਕਈ ਵਾਰ ਇਹਨੀਆਂ ਭੁੱਲਾ ਕਰ ਜਾਂਦੇ ਆ ਇੰਨੀਆਂ ਗਲਤੀਆਂ ਵੀ ਕਰ ਜਾਂਦੇ ਆ ਪਰ ਉਹਦੀ ਕਈ ਵਾਰ ਤੇ ਗੁਰੂ ਮਹਾਰਾਜ ਮਾਫੀ ਦੇ ਦਿੰਦੇ ਆ ਪਰ ਕਈ ਐਸੀ ਗਲਤੀਆਂ ਹੁੰਦੀਆਂ ਵਾ ਕਿ ਸਾਨੂੰ ਉਹਨਾਂ ਗੱਲਾਂ ਦੀਆਂ ਉਹਨਾਂ ਕਰਮਾਂ ਦੀਆਂ ਮਾਫੀਆਂ ਨਹੀਂ ਮਿਲਦੀਆਂ ਫਿਰ ਸਾਨੂੰ ਉਹ ਭੁਗਤਾਨ ਇੱਥੇ ਹੀ ਭੁਗਤ ਕੇ ਜਾਣਾ ਪੈਂਦਾ ਗੁਰੂ ਜੀ ਨੇ ਹਮੇਸ਼ਾ ਮੈਨੂੰ ਕਹਿਣਾ ਔਰ ਕਈ ਵਾਰ ਤੇ ਗੁਰੂ ਜੀ ਨੇ ਨਾ ਹਾਸੇ-ਹਾਸੇ ਵਿੱਚ ਉਹਦੋਂ ਛੋਟਾ ਹੁੰਦਾ ਸੀ ਮੈਂ ਐਨਾ ਮਨ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਸੀ ਔਰ ਇਹ ਚੀਜ਼ਾਂ ਗੁਰੂ ਜੀ ਸਭ ਜਾਣਦੇ ਹੁੰਦੇ ਸੀ ਉਸ ਵੱਲ ਉਹਨਾਂ ਨੂੰ ਵੀ ਪਤਾ ਸੀ ਜੇ ਮੈਂ ਇਹਨੂੰ ਹੁਣ ਸਮਝਾਣ ਲੱਗਾ ਤੇ ਇਹਨੂੰ ਸਮਝ ਨਹੀਂ ਆਣੀ ਪਤਾ ਨਹੀਂ ਮੇਰੇ ਬਾਰੇ ਕੀ ਸੋਚੇਗਾ ਹੈ ਕਿਉਂਕਿ ਬਚਪਨੇ ਦੇ ਵਿੱਚ ਇੰਨੀ ਸਮਝ ਨਹੀਂ ਹੁੰਦੀ ਉਹ ਪਰਮਾਤਮਾ ਤੁਹਾਡੀ ਸੋਚੀ ਖੋਲ ਦਵੇ ਤੁਹਾਨੂੰ ਗਿਆਨ ਤੁਹਾਡਾ ਗਿਆਨ ਸਾਗਰ ਖੋਲ ਦਵੇ ਤੁਹਾਡਾ ਤੇ ਤੁਹਾਨੂੰ ਸਮਝ ਆ ਜਾਂਦੀ ਆ ਉਹ ਕੋਈ ਵਿਰਲਾ ਹੀ ਹੁੰਦਾ ਜਿਸ ਦਾ ਗੁਰੂ ਜੀ ਆਪਣੇ ਆਪ ਗਿਆਨ ਗੰਡ ਖੋਲ ਦਿੰਦੇ ਆ ਉਹ ਬਹੁਤ ਘੱਟ ਹੁੰਦੇ ਆ ਉਹ ਵਿਰਲਾ ਹੀ ਹੁੰਦਾ ਉਹ ਮੈਨੂੰ ਇੱਕ ਵਾਰ ਇਹਦਾ ਗੁਰੂ ਜੀ ਨੇ ਕੁਝ ਪੈਸੇ ਦਿੱਤੇ ਮੈਨੂੰ ਕਹਿੰਦੇ ਉਸ ਵੇਲੇ ਤਾਂ ਗੁਰੂ ਜੀ ਦਾ ਵਰਤ ਸੀ ਉਹਨਾਂ ਦਿਨਾਂ ਦੇ ਵਿੱਚ ਗੁਰੂ ਜੀ ਕਹਿੰਦੇ ਆਲਾ ਫੜ ਪੈਸੇ ਫੜ ਤੇ ਤੂੰ ਦਾ ਕੁਝ ਖਾ ਆ ਬਾਰੋਂ ਕਹਿੰਦੇ ਸਾਡਾ ਤਾਂ ਵਰਤ ਹੈਗਾ ਸਾਂਤ ਭੁੱਖ ਲੱਗਦੀ ਨਹੀਂ ਤੇ ਸਾਡੇ ਪਿੱਛੇ ਤੂੰ ਬੰਨੂ ਮਰਦਾ ਜਾ ਕਹਿੰਦੇ ਤੂੰ ਨਾ 12 ਕੁਝ ਖਾ ਆਇਆ ਮੈਂ ਜਿਵੇਂ ਦੱਸਿਆ ਸੀ ਤੁਹਾਨੂੰ ਮੈਂ ਬੜਾ ਹਾਰਡ ਕੋਰ ਵੈਜੀਟੇਨ ਨੌਨ ਵੈਜੀਟੇਰੀਅਨ ਸਗਾ ਉਸ ਵਲੇ ਉਸ ਵਲੇ ਮੈਨੂੰ ਸਮਝ ਨਹੀਂ ਸੀ ਗਈ ਮੈਨੂੰ ਮੈਂ ਗਿਆ ਤੇ ਮੈਂ ਬਾਹਰੋਂ ਨੌਨ ਵੈਜ ਖਾ ਕੇ ਤੇ ਮੈਂ ਆ ਗਿਆ ਤਾਂ ਮੈਨੂੰ ਮੇਰੇ ਵਾਲੇ ਗੁਰੂ ਜੀ ਨੇ ਦੇਖਿਆ ਮੈਨੂੰ ਕਹਿੰਦੇ ਲੱਖੀ ਖਾ ਕੇ ਆਇਆ ਤੂੰ ਹੱਡੀ ਮੈਂ ਤਾਂ ਹਾਂਜੀ ਗੁਰਜੀ ਕਹਿੰਦੇ ਜਾ ਬਾਹਰ ਜਾ ਕੇ ਆ ਮੂੰਹ ਹੱਤ ਹੋ ਗਿਆ ਐਦਾਂ ਨਹੀਂ ਅੰਦਰ ਆਈਦਾ ਤੇ ਮੈਂ ਉਸ ਵੇਲੇ ਸੋਚਦਾ ਹੁੰਦਾ ਸੀ ਮੈਂ ਕਿਹਾ ਆਪੇ ਮੈਨੂੰ ਇਹਨਾਂ ਨੇ ਭੇਜਿਆ ਤੇ ਆਪੇ ਇਹਨਾਂ ਕਹਿੰਦੇ ਆ ਕੁਝ ਖਾ ਕੇ ਆਇਆ ਤੇ ਪਰ ਬੜੀ देर ਬਾਅਦ ਸਮਝ ਆਈ ਮਮੇ ਡੈਡੀ ਨੇ ਸਮਝਾਇਆ ਕੁਝ ਫਿਰ ਗੁਰੂ ਜੀ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਸੀ ਕਿ ਕੀ ਚੀਜ਼ਾਂ ਠੀਕ ਨਹੀਂ ਹੁੰਦੀਆਂ ਹੈ ਪਰ ਗੁਰੂ ਜੀ ਦੀ ਫਿਰ ਜਦੋਂ ਮੈਂ ਵੱਟਾ ਹੋਇਆ ਜਦੋਂ ਸਮਝ ਆਣੀ ਸ਼ੁਰੂ ਹੋਈ ਗੁਰੂ ਜੀ ਦੀ ਆਪਣੇ ਆਪ ਹੀ ਕਿਰਪਾ ਹੋਣੀ ਸ਼ੁਰੂ ਹੋ ਗਈ ਔਰ ਇਹ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਹੀ ਮਨ ਉੱਠਣਾ ਸ਼ੁਰੂ ਹੋ ਗਿਆ ਆਪਣੇ ਆਪ ਹੀ ਇੱਕ ਦਿਨ ਐਸਾ ਆਇਆ ਛੱਡ ਦਿੱਤਾ ਸਭ ਕੁਝ ਕਿ ਨਹੀਂ ਇਹ ਚੀਜ਼ ਠੀਕ ਨਹੀਂ ਹੈਗੀ ਇਹਨੂੰ ਛੱਡ ਦੇ ਉਹਨੂੰ ਚਲੋ ਮੈਂ ਅੱਗੇ ਵੀ ਦੱਸਿਆ ਸੀ ਕਿ ਗੁਰੂ ਜੀ ਨੇ ਪਲ-ਪਲ ਦੇ ਉੱਤੇ ਬਹੁਤ ਕੁਝ ਸਮਝਾਇਆ ਬਹੁਤ ਕੁਝ ਪ੍ਰੇਰਣਾਵਾਂ ਦਿੱਤੀਆਂ ਔਰ ਦੁਨੀਆ ਵਿੱਚ ਅਸਲੀ ਜਿਹੜੀ ਜ਼ਿੰਦਗੀ ਆ ਉਹ ਕਿਵੇਂ ਬਤੀਤ ਕਰਨੀ ਆ ਗੁਰੂ ਜੀ ਬੜਾ ਧਿਆਨ ਰੱਖਦੇ ਹੁੰਦੇ ਸੀ ਹਰ ਕਿਸੇ ਦਾ ਜਦੋਂ ਈਵਨੇ ਤੋਤਾ ਕੀ ਜਦੋਂ ਲੰਗਰ ਵੀ ਗੁਰੂ ਜੀ ਵਰਤਾਂਦੇ ਹੁੰਦੇ ਸੀ ਨਾ ਗੁਰੂ ਜੀ ਦੀ ਸਭ ਸੁਰੂ ਤੋਂ ਇੱਕ ਆਦਤ ਮੈਂ ਸਿਰਫ ਗੁਰੂ ਜੀ ਦੇ ਵਿੱਚ ਦੇਖੀ ਆ ਨਹੀਂ ਤਾਂ ਕੀ ਹੁੰਦਾ ਸੀ ਸਭ ਤੋਂ ਪਹਿਲਾਂ ਅਸੀਂ ਅੱਜ ਸ਼ਾਸਨ ਕਰਦੇ ਆ ਜਾਂ ਘਰ ਆਪਣੇ ਅਸੀਂ ਜਦੋਂ ਗੁਰੂ ਦਾ ਦਰਬਾਰ ਹੁੰਦਾ ਸੀ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਆ ਪੋਗਲਵਾਨ ਨੇ ਯਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਅ ਲੰਗਰ ਸ਼ਕ ਦੇ ਪਰ ਆ ਜਿਹੜੀ ਅਸੀਂ ਕਰਦੇ ਆਂ ਚੀਜ਼ ਇਹ ਸਾਡਾ ਅ ਮਤਲਬ ਕਿ ਜਿਹਨੂੰ ਕਹਿੰਦੇ ਸਾਡਾ ਇਹ ਅ ਕਰਤਵਿਅ ਸਾਡਾ ਇਹ ਜ਼ਰੂਰੀ ਕੰਮ ਆ ਕਿਉਂਕਿ ਜਦੋਂ ਗੁਰੂ ਜੀ ਫਿਜ਼ੀਕਲ ਫਾਰਮ ਚ ਸਗੇ ਤੇ ਉਸ ਵੇਲੇ ਗੁਰੂ ਜੀ ਸਾਰੀ ਸੰਗਤ ਨੂੰ ਪਹਿਲਾਂ ਲੰਗਰ ਖਵਾਉਂਦੇ ਸੀ ਔਰ ਇੱਕ ਇੱਕ ਨੂੰ ਪੁਛਤੇ ਹੁੰਦੇ ਸੀ ਜਦੋਂ ਸਾਰਿਆਂ ਦਾ ਹੋ ਜਾਂਦਾ ਸੀ ਫਿਰ ਗੁਰੂ ਜੀ ਖਾਂਦੇ ਹੁੰਦੇ ਸੀ ਔਰ ਅੱਜ ਗੁਰੂ ਜੀ ਫਿਜ਼ੀਕਲ ਫਾਰਮ 'ਚ ਨਹੀਂ ਹੈਗੇ ਤੇ ਅੱਜ ਸਾਡਾ ਫਰਜ਼ ਬਣਦਾ ਵਾ ਕਿ ਗੁਰੂ ਜੀ ਅੱਜ ਅਸੀਂ ਤੁਹਾਨੂੰ ਅਸੀਂ ਪਹਿਲਾਂ ਖਵਾਣਾ ਫਿਰ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਖਾਣਾ ਸੀ ਕਿਤੇ ਵੀ ਵੱਡੇ ਫੰਕਸ਼ਨ ਤੇ ਵੀ ਮੈਨੂੰ ਯਾਦ ਆ ਇੱਕ ਵਾਰੀ ਵੱਡੇ ਮੰਦਰ ਸ਼ਿਵਰਾਤਰੀ ਦਾ ਫੰਕਸ਼ਨ ਸੀਗਾ ਤੇ ਰਾਤ ਬਹੁਤ ਹੋ ਗਈ ਸੰਗਤ ਕਾਫੀ ਆਈ ਹੋਈ ਸੀ ਤੇ ਸੰਗਤ ਇੱਕਦਮ ਜ਼ਿਆਦਾ ਵੱਧ ਗਈ ਤੇ ਉਸ ਵੇਲੇ ਲੰਗਰ ਕਹਿੰਦੇ ਜੀ ਖਤਮ ਹੋ ਗਿਆ ਸੰਗਤ ਇੰਨੀ ਜ਼ਿਆਦਾ ਆਈ ਸੀ ਉਮੀਦ ਮੇ ਸੀ ਕਿ ਇੰਨੀ ਸੰਗਤ ਆ ਜਾਏਗੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਰੁغبਮ ਕੀਤਾ ਕਹਿੰਦੇ ਆ ਰਾਸ਼ਨ ਪਾਣੀ ਪਿਆ ਕਹਿੰਦੇ ਹਾਂਜੀ ਪਿਆ ਜੀ ਕਹਿੰਦੇ ਵੜਾਓ ਸੰਗਤ ਅਜੇ ਹੋਰ ਆ ਰਹੀ ਆ ਲੰਗਰ ਹੋਰ ਵੜਾਓ ਪਤਾ ਨਹੀਂ ਉਸ ਵੇਲੇ ਗੁਰੂ ਜੀ ਦਾ ਕੀ ਕੌਤਕ ਸੀਗਾ ਉਹ ਜਿਹੜੇ ਹਲਵਾਈ ਲੱਗੇ ਹੋਏ ਸੀ ਨਾਲ ਦੇ ਪਲਾਟ ਦੇ ਵਿੱਚ ਹੀ ਉੱਥੇ ਜਿਹੜੇ ਹਲਵਾਈ ਲੱਗੇ ਸੀ ਉਹ ਵਿਚਾਰੇ ਤਾਂ ਥੱਕ ਗਏ ਸੀ ਉਹ ਕਹਿੰਦੇ ਸੀ ਅਸੀਂ ਟੀਮ ਛੋਪੀ ਲੈ ਕੇ ਆਏ ਆ ਤੇ ਅਸੀਂ ਥੱਕ ਗਏ ਆ ਸਾਡੇ ਕੋਲ ਹੋਣੇ ਬਣਨਾ ਤਾਂ ਗੁਰੂ ਜੀ ਨੇ ਹੁਕਮ ਕੀਤਾ ਸੀਗਾ ਕਿ ਪੂਰੀਆਂ ਬਣਾਓ ਹੋਰ ਜਿਨ ਬਣਾਈ ਜਾਓ ਪੂਰੀਆਂ ਰੋਕਣਾ ਨਹੀਂ ਹੈਗਾ ਤੇ ਅਸੀਂ ਉੱਥੇ ਸੇਵਾਦਾਰ ਮਿਲ ਕੇ ਵਿੱਚੇ ਮੈਂ ਮੇਰੇ ਬ੍ਰਦਰ ਵੀ ਤੇ ਚਾਰ ਪੰਜ ਸੇਵਾਦਾਰ ਹੋਰ ਸੀਗੇ ਜਿੰਨਾਂ ਦੀ ਲੰਗਰ ਜੋ ਵਿੱਚ ਉੱਥੇ ਸੇਵਾ ਲੱਗੀ ਹੋਈ ਸੀ ਤੇ ਅਸੀਂ ਨਾ ਪੂੜੀਆਂ ਖੁਦ ਬਣਾਉਣੀਆਂ ਸ਼ੁਰੂ ਕਰਤੀਆਂ ਉੱਥੇ ਪੂੜੀਆਂ ਬਣਾਈਆਂ ਤੇ ਜੀ ਤੁਸੀਂ ਇਹ ਦੇਖ ਲਓ ਸੰਗਤ ਜੀ 3:30 ਵੱਜ ਗਏ ਉਸ ਵਲ ਸਭ ਨੂੰ ਲੰਗਰ ਸ਼ਕਾਂਦੇ ਸ਼ਕੰਦ ਗੁਰੂ ਜੀ ਨੇ ਉਸ ਵਲੇ ਇੱਕ ਟੁਕੜਾ ਨਹੀਂ ਮੂਝ ਪਾਇਆ ਸੀ ਜਦੋਂ 3:30 ਵੱਜ ਗਏ ਤੇ ਗੁਰੂ ਜੀ ਨੇ ਇਸ਼ਾਰਾ ਕਰਕੇ ਪੁੱਛਿਆ ਹੋ ਗਿਆ ਸਭ ਦਾ ਮੈਗਾ ਹਾਂਜੀ ਹੋ ਗਿਆ ਜੀ ਸਭ ਦਾ ਫਿਰ ਮੈਨੂੰ ਉਹਨੂੰ ਯਾਦ ਨਹੀਂ ਉਸ ਵੇਲੇ ਗੁਰੂ ਜੀ ਨੇ ਕਿਹੜੀ ਆਂਟੀ ਨੂੰ ਕਿਹਾ ਸੀ ਕਹਿੰਦੇ ਉਹਨੂੰ ਕਹਿ ਕਿ ਹੁਣ ਮੈਨੂੰ ਪਾ ਕੇ ਦੇ ਦੇ ਸੋ ਇਹ ਸਾਰੀਆਂ ਇਹ ਪਿਆਰ ਦੀਆਂ ਗੱਲਾਂ ਗੁਰੂ ਜੀ ਹਰ ਕਿਸੇ ਦੇ ਨਾਲ ਇੰਨਾ ਪਿਆਰ ਕਰਦੇ ਸੀ ਹਰ ਬੰਦਾ ਇਹ ਸੋਚਦਾ ਸੀ ਕਿ ਗੁਰੂ ਜੀ ਸਿਰਫ ਮੇਰੇ ਨਾਲ ਹੀ ਇੰਨਾ ਪਿਆਰ ਕਰਦੇ ਹਨ ਗੁਰੂ ਜੀ ਸਭ ਨਾਲ ਬੜਾ ਪਿਆਰ ਕਰਦੇ ਹੁੰਦੇ ਸੀ ਇੱਕ ਇੱਕ ਬੰਦੇ ਦਾ ਉਹਨਾਂ ਨੂੰ ਧਿਆਨ ਹੁੰਦਾ ਸੀ ਜੇ ਲੰਗਰ ਸ਼ੁਰੂ ਹੋ ਗਿਆ ਜੇ ਚਾਹ ਪ੍ਰਸ਼ਾਦ ਵਰਤ ਰਹੀ ਆ ਜੇ ਚਾਹ ਦੇ ਨਾਲ 스낵ਸ ਆ ਰਹੇ ਆ ਗੁਰੂ ਜੀ ਨੂੰ ਉਹ ਵੀ ਪਤਾ ਹੁੰਦਾ ਸੀ ਕਿਹਦੇ ਨਾਲ ਕਿਹਦੇ ਕਿਤੇ ਡਰਾਈਵਰ ਆਏ ਆ ਗੁਰੂ ਜੀ ਨੇ ਸਪੈਸ਼ਲ ਸੇਵਾਦਾਰ ਨੂੰ ਬੁਲਾਣਾ ਇੱਧਰ ਆਓ ਉਹ ਬਾਹਰ ਚਾਰ ਪੁਆਇੰਟ ਡਰਾਈਵਰ ਹੈ ਉਹਨਾਂ ਨੂੰ ਦੇ ਦਿੱਤਾ ਸਪੈਸ਼ਲ ਉਹਨਾਂ ਨੂੰ ਪੁੱਛਣਾ ਹਾਂਜੀ ਗੁਰੂ ਜੀ ਦੇ ਦਿੱਤਾ ਜੀ ਜਾ ਇੱਕ ਵਾਰੀ ਕਨਫਰਮ ਕਰਕੇ ਆ ਕੋਈ ਹੋ ਡਰਾਈਵਰ ਤੇ ਨਹੀਂ ਆਇਆ ਕਿਤੇ ਕੋਈ ਰਹਿ ਗਿਆ ਹੋਵੇ ਜਾ ਕੇ ਪੁੱਛ ਕੇ ਆਣਾ ਕਿ ਡਰਾਈਵਰ ਸਾਹਿਬ ਸੌਦਾ ਹੋ ਗਿਆ ਹਾਂਜੀ ਹੋ ਗਿਆ ਜੀ ਫਿਰ ਆ ਕੇ ਗੁਰੂ ਜੀ ਨੂੰ ਦੱਸਣਾ ਵਦਕੇ ਗੁਰੂ ਜੀ ਇੱਕ ਇੱਕ ਬੰਦੇ ਦਾ ਇੰਨਾ ਧਿਆਨ ਰੱਖਦੇ ਹੁੰਦੇ ਸੀ ਵੱਡੇ ਫੰਕਸ਼ਨਾਂ ਦੇ ਵਿੱਚ ਫਿਰ ਗੁਰੂ ਜੀ ਨੇ ਜਿਹੜੇ ਸੇਵਾਦਾਰ ਸੇਵਾ ਤੇ ਲੱਗੇ ਹੁੰਦੇ ਸੀ ਗੁਰੂ ਜੀ ਦੇ ਨਾਲ ਦੋ ਰਾਉਂਡ ਹੁੰਦੇ ਸੀ ਹਰ ਜਿਹੜੇ ਸੇਵਾਦਾਰ ਸੇਵਾ ਤੇ ਖੜੇ ਆ ਦੂਰ ਖੜੇ ਆ ਜਾਂ ਕਿਤੇ ਖੜੇ ਆ ਕਿਉਂਕਿ ਜਲੰਧਰ ਮੰਦਿਰ ਤੇ ਛੋਟਾ ਜਿਹਾ ਹੁੰਦਾ ਸੀ ਪਰ ਤਾਂ ਵੀ ਗੁਰੂ ਜੀ ਉੱਥੇ ਦੋ ਰਾਉਂਡ ਜ਼ਰੂਰ ਲਗਾਉਂਦੇ ਹੁੰਦੇ ਸੀ ਹਰ ਸੇਵਾਦਾਰ ਦੇ ਕੋਲੋਂ ਨਿਕਲ ਕੇ ਜਾਣਾ ਉਹ ਇੱਕ ਇੰਨੀ ਤਾਕਤ ਬਖਸ਼ ਦਿੰਦੇ ਹੁੰਦੇ ਸੀ ਗੁਰੂ ਜੀ ਉਹ ਸੇਵਾਦਾਰ ਗਰਮੀ 'ਚ ਖੜਾ ਠੰਡ 'ਚ ਖੜਾ ਬਰਸਾਤ 'ਚ ਖੜਾ ਜਿੱਥੇ ਵੀ ਖੜਾ ਹੋ ਉਹ ਸੇਵਾਦਾਰ ਡਟ ਜਾਂਦਾ ਸੀ ਟਟਿਆ ਰਹਿੰਦਾ ਸੀ ਇੰਨੀ ਤਾਕਤ ਗੁਰੂ ਜੀ ਦੇ ਦਿੰਦੇ ਸੀ ਆ ਕੇ ਗੁਰੂ ਜੀ ਨੇ ਆਣਾ ਹਾਲਚਾਲ ਪੁੱਛਣਾ ਆਵੇ ਠੀਕ ਹੋ ਰਹੀ ਸੇਵਾ ਹਾਂਜੀ ਗੁਰੂ ਜੀ ਠੀਕ ਹੋ ਰਹੀ ਚਲੋ ਡਟੇ ਰਹੋ ਔਰ ਨਾਲ ਗੁਰੂ ਜੀ ਨੇ ਕਹਣਾ ਲੰਗਰ ਪਾਣੀ ਛੱਕ ਲਈਓ ਟਾਈਮ ਨਾਲ ਭੁੱਖੇ ਦਾ ਸੇਵਾ ਕਰਿਓ ਜੀ ਠੀਕ ਆ ਗੁਰੂ ਜੀ ਵੱਡੇ ਮੰਦਿਰ ਵੀ ਜਦੋਂ ਵੱਡਾ ਮੰਦਿਰ ਸਟਾਰਟ ਕੀਤਾ ਤੇ ਇੱਥੇ ਦਾ ਤੇ ਏਰੀਆ ਹੀ ਬਹੁਤ ਵੱਡਾ ਹੁੰਦਾ ਸੀ ਗੁਰੂ ਜੀ ਨੇ ਇੱਥੇ ਵੀ ਦੋ ਰਾਉਂਡ ਲਗਾਣਾ ਹਰ ਸੇਵਾਦਾਰ ਨੂੰ ਜਾ ਕੇ ਪੁੱਛਣਾ ਆਵੇਂ ਠੀਕ ਹੈ ਸੇਵਾ ਠੀਕ ਹੋ ਰਹੀ ਸੰਗਤ ਦੀ ਸੇਵਾ ਠੀਕ ਹੋ ਰਹੀ ਅੱਜ ਠੀਕ ਹੋ ਰਹੀ ਜੀ ਚਲੋ ਤੁਸੀਂ ਆਪਣਾ ਵੀ ਧਿਆਨ ਰੱਖ ਲਿਓ ਟਾਈਮ ਨਾ ਖਾ ਪੀ ਲੈਣਾ ਠੀਕ ਹੈ ਗੁਰੂ ਜੀ ਸੋ ਗੁਰੂ ਜੀ ਦੀਆਂ ਇੱਕ ਇੱਕ ਗੱਲ ਅਸੀਂ ਕਈ ਵਾਰ ਇੰਨਾ ਯਾਦ ਕਰਦੇ ਆ ਇੰਨਾ ਸੋਚਦੇ ਆ ਕਿ ਇੱਕ ਇਨਸਾਨ ਦਾ ਜਿਹੜਾ ਜੀਣਾ ਉਹ ਪਰਮਾਤਮਾ ਸਾਨੂੰ ਦੱਸ ਸਕਦਾ ਬਾਰ ਬਾਰ ਆ ਕੇ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਇਨਸਾਨੀ ਜਨਮ ਲਿੱਤਾ ਤੁਸੀਂ ਇਸ ਜਨਮ ਦੇ ਵਿੱਚ ਤੁਸੀਂ ਇਹਨੂੰ ਕਿਵੇਂ ਬਤੀਤ ਕਰਦਾ ਤੁਸੀਂ ਇਹਨੂੰ ਤੁਸੀਂ ਕਿਵੇਂ ਆਪਣੇ ਜੋ ਤੁਸੀਂ ਕਰਮ ਕੀਤੇ ਆ ਉਹਨਾਂ ਦਾ ਕਰਮ ਦਾ ਲੇਖਾ ਜੋਖਾ ਇੱਥੇ ਮੁਕਾ ਕੇ ਜਾਣਾ ਸਾਨੂੰ ਬਾਰ ਬਾਰ ਸਮਝਾਉਂਦੇ ਆ ਅਸੀਂ ਲੋਕ ਫਿਰ ਉਹਨਾਂ ਚੀਜ਼ਾਂ ਦੇ ਪਿੱਛੇ ਦੌੜ ਲਗਾਣੇ ਆ ਔਰ ਜਿਹਦੀ ਕੋਈ ਵੈਲਿਊ ਹੀ ਨਹੀਂ ਹੈਗੀ ਔਰ ਚੇਸ ਕਰਕੇ ਅਸੀਂ ਇਸ ਦੁਨੀਆ 'ਚ ਆਏ ਆ ਅਸੀਂ ਉਸ ਸੀਨ ਨੂੰ ਮੇਨ ਚੀਜ਼ ਤੋਂ ਭੁੱਲ ਗਏ ਗੁਰੂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਗੁਰੂਆਂ ਕੋਲ ਜਦੋਂ ਆਈਦਾ ਨਾ ਉਹ ਚੰਗੀ ਚੀਜ਼ ਮੰਗੀਦੀ ਹੁੰਦੀ ਆ ਐਤਾਂ ਦੀਆਂ ਚੀਜ਼ਾਂ ਨਹੀਂ ਮੰਗੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਦੁਨਿਆਵੀ ਚੀਜ਼ਾਂ ਹੁੰਦੀਆਂ ਕਹਿੰਦੇ ਗੁਰੂ ਜੀ ਗੁਰੂਆਂ ਕੋਲੋਂ ਪੇੜ ਮੰਗੀਦਾ ਹੁੰਦਾ ਛਾਵਾ ਨਹੀਂ ਮੰਗੀਦੀਆਂ ਛਾਵਾ ਤੇ ਕਹਿੰਦੇ ਅੱਜ ਹੈਗੀਆਂ ਕੱਲ ਹੈ ਨਹੀਂ ਸੂਰੇ ਤੁਸੀਂ ਦੇਖਦੇ ਹੋ ਪੇੜ ਥੱਲੇ ਬਹਿੰਦੇ ਹੋ ਜੇ ਇੱਥੇ ਛਾਂ ਹੈਗੀ ਆ ਤਾਂ ਤੁਸੀਂ ਬਹਿ ਗਿਓ ਘੰਟੇ ਬਾਅਦ ਸੂਰਜ ਦੀ ਦਿਸ਼ਾ ਘੁੰਮਦੀ ਆ ਛਾਂ ਵੀ ਬਦਲ ਜਾਂਦੀ ਐ ਫਿਰ ਜਿੱਥੇ ਬੈਠੇ ਹੋ ਉੱਤੇ ਧੁੱਪ ਆ ਜਾਂਦੀ ਆ ਕਹਿੰਦੇ ਸੀ ਛਾਵਾਂ ਨਹੀਂ ਮੰਗੀਆਂ ਦੀਆਂ ਗੁਰੂਆ ਕੋਲੋਂ ਗੁਰੂ ਕੋਲ ਪੇੜ ਮੰਗੋ ਪੇੜ ਦਾ ਕੀ ਮਤਲਬ ਹੁੰਦਾ ਕਿ ਗੁਰੂ ਨੂੰ ਗੁਰੂ ਕੋਲੋਂ ਹੀ ਮੰਗ ਲਓ ਕਿ ਗੁਰੂ ਜੀ ਸਾਨੂੰ ਦੁਨੀਆ ਦੀ ਕੋਈ ਚੀਜ਼ ਨਹੀਂ ਚਾਹੀਦੀ ਸਾਨੂੰ ਸਿਰਫ ਤੁਸੀਂ ਚਾਹੀਦੇ ਆ। ਔਰ ਜਿਹਦੇ ਕੋਲ ਗੁਰੂ ਹੀ ਆ ਗਿਆ ਉਹਦੇ ਤੇ ਵਾਰੇ ਨਹੀਂ ਆ ਰਹੇ ਆ। ਉਹਦੇ ਕੋਲ ਪੇੜ ਅਸੀਂ ਦੇਖੋ ਪੇੜ ਜੇ ਮੰਗ ਲਿਆ ਤਾਂ ਪੇੜ ਦੇ ਨਾਲ ਛਾਂ ਵੀ ਆ ਗਈ ਪੱਤੇ ਵੀ ਆ ਗਏ ਫਲ ਵੀ ਆ ਗਏ ਸੰਪੂਰਨ ਆ ਗਿਆ। ਇੱਕ ਵਾਰ ਇਹ ਵੀ ਗੁਰੂ ਦਾ ਹੁਕਮ ਹੁੰਦਾ ਸੁਣਾंदे ਸੁਣਾंदे ਸੱਸਰ ਭੁੱਲ ਜਾਣਾ ਛੱਡ ਗੁਰੂ ਜੀ ਨਾ ਬੱਚਿਆਂ ਨਾਲ ਬੜਾ ਪਿਆਰ ਕਰਦੇ ਹੁੰਦੇ ਸੀ ਅਕਸਰ ਦਿੱਲੀ ਦੇ ਵਿੱਚ ਕਾਫੀ ਸੰਗਤ ਕੋਲ ਸੁਣਦਾ ਵਾਂ ਕਿ ਬੱਚੇ ਨਾ ਲਿਆਇਆ ਕਰੋ ਪਰ ਇੱਕ ਗੱਲ ਅਸੀਂ ਆਪਣੇ ਆਪ ਸੋਚੀ ਦੀ ਆ ਕਿ ਜਦੋਂ ਅਸੀਂ ਗੁਰੂ ਜੀ ਦੇ ਕੋਲ ਆਂਦੇ ਹੁੰਦੇ ਸੀ ਔਰ ਜਦੋਂ ਗੁਰੂ ਜੀ ਨੇ ਸਾਨੂੰ ਸੇਵਾ ਤੇ ਰੱਖਿਆ ਸੀ ਉਦੋਂ ਤੇ ਅਸੀਂ ਇੰਨੇ ਸਿਆਣੇ ਨਹੀਂ ਹੁੰਦੇ ਸੀ ਉਹ ਅਸੀਂ ਵੀ ਤਾਂ ਬੱਚੇ ਹੀ ਹੁੰਦੇ ਸੀ ਨਾ ਉਸ ਵੇਲੇ ਗੁਰੂ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹੁੰਦੇ ਸੀ ਅਸੀਂ ਕਈ ਵਾਰ ਅਕਸਰ ਦੇਖਣਾ ਉੱਥੇ ਸਾਰੇ ਬੱਚੇ ਆਂਦੇ ਹੁੰਦੇ ਸੀ ਔਰ ਜਿੰਨੇ ਵੀ ਉੱਥੇ ਪਰਿਵਾਰਕ ਸੰਗਤ ਤੋਂ ਆਣਾ ਉਹਨਾਂ ਨੇ ਆਪਣੇ ਬੱਚੇ ਜ਼ਰੂਰ ਨਾਲ ਲੈ ਕੇ ਆਣੇ ਗੁਰੂ ਜੀ ਦੇ ਪੋਰ ਔਰ ਗੁਰੂ ਜੀ ਅਕਸਰ ਕਹਿੰਦੇ ਹੁੰਦੇ ਸੀਗਾ ਕਹਿੰਦੇ ਸੀ ਨਿਆਣਿਆਂ ਨੂੰ ਕਿਉਂ ਛੱਡ ਕੇ ਆਏ ਹੋ ਗੁਰੂ ਜੀ ਤੰਗ ਬਹੁਤ ਕਰਦੇ ਆ ਤੰਗ ਕਰਦੇ ਕਹਿੰਦੇ ਤੁਸੀਂ ਇੱਥੇ ਮੇਰੇ ਕੋ ਕੀ ਲੈਣ ਆਂਦੇ ਹੋ ਗੁਰੂ ਜੀ ਤੁਹਾਡੀ ਬlesing ਲੈਣ ਆਂਦੇ ਆ ਤਾਂ ਫਿਰ ਉਹਨਾਂ ਨੂੰ ਕਹਿੰਦੇ ਬlesing ਦੀ ਲੋੜ ਨਹੀਂ ਇਹ ਅਕਸਰ ਗੁਰੂ ਜੀ ਨੇ ਕਹਿਣਾ ਕਿ ਜਿੰਨੇ ਤੁਹਾਨੂੰ ਲੋੜਾ ਜਿੰਨੇ ਬਲੇਸਿੰਗਲੀ ਤੁਹਾਨੂੰ ਲੋੜ ਹੈਗੀ ਆ 19 ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਲੋੜ ਜਿਨ੍ਹਾਂ ਨੇ ਉਹਨਾਂ ਬੱਚਿਆਂ ਨੇ ਵੱਡੇ ਹੋਣਾ ਉਹਨਾਂ ਨੇ ਕਿੰਨਾ ਕੁਝ ਸਿੱਖਣਾ ਜ਼ਿੰਦਗੀ ਚੋਂ ਤੁਹਾਡੇ ਕੋਲੋਂ ਗੁਰੂ ਜੀ ਦੇ ਕੋਲੋਂ ਕਿੰਨਾ ਕੁਝ ਸਿੱਖਣਾ ਬੱਚਿਆਂ ਨੇ ਉਹਨਾਂ ਨੂੰ ਤੇ ਸਭ ਤੋਂ ਜ਼ਿਆਦਾ ਲੋੜ ਹੈਗੀ ਆ ਕੁਝ ਛੋਟੀਆਂ ਗੱਲਾਂ ਪਿੱਛੇ ਸਾਨੂੰ ਨਹੀਂ ਜਾਣਾ ਚਾਹੀਦਾ ਅਸੀਂ 사ਸੰਗ ਦੇ ਵਿੱਚ ਆਨੇ ਆ ਕਈ ਲੋਕ ਕਹਿੰਦੇ ਬੱਚੇ ਧਿਆਨ ਨਹੀਂ ਲੱਗਣ ਦਿੰਦੇ ਉਹ ਤੁਸੀਂ ਇਹ ਦੱਸੋ ਜਦੋਂ ਗੁਰੂ ਜੀ ਦੇ ਕੋਲ ਅਸੀਂ ਆਂਦੇ ਹੁੰਦੇ ਸੀ ਜਦੋਂ ਫਿਜ਼ੀਕਲ ਰੋਪ ਚ ਜਦੋਂ ਗੁਰੂ ਜੀ ਹੁੰਦੇ ਸੀ ਉਦੋਂ ਗੁਰੂ ਜੀ ਕਿਉਂ ਨਹੀਂ ਮਨਾ ਕਰਦੇ ਸੀ ਬੱਚਿਆਂ ਨੂੰ ਕਿਉਂਕਿ ਗੁਰੂ ਜੀ ਕਹਿੰਦੇ ਹੁੰਦੇ ਸੀ ਤੁਸੀਂ ਜਦੋਂ ਮੇਰੇ ਕੋਲ ਆਣਾ ਮੇਰਾ ਅਸ਼ੀਰਵਾਦ ਲਵੋ ਲੰਗਰ ਪ੍ਰਸ਼ਾਦ ਲਵੋ ਚਾਹ ਪ੍ਰਸ਼ਾਦ ਲਵੋ ਤੇ ਆਪਣੇ ਘਰ ਜਾਓ ਸਮਾਧੀਆਂ ਲਾਣੀਆਂ ਆਪਣੇ ਘਰ ਜਾ ਕੇ ਲਗਾਓ ਧਿਆਨ ਲਗਾਣੇ ਆਪਣੇ ਘਰ ਜਾ ਕੇ ਲਗਾਓ ਮੇਰੇ ਕੋਲ ਜੇ ਤੁਸੀਂ ਇੱਥੇ ਆਣਾ ਵਾ ਸਿਰਫ ਕਹਿੰਦੇ ਮੇਰੀ ਤੇ ਨਿਗਾ ਹੀ ਇੰਨੀ ਹੁੰਦੀ ਆ ਕਿ ਮੈਂ ਤੁਹਾਡੇ ਵੱਲ ਦੇਖ ਲਵਾਂ ਤੇ ਕਈ ਜਨਮਾਂ ਦੇ ਤੁਹਾਡੇ ਕਰਮਾ ਦੇ ਮੈਂ ਤਾਰ ਦਿੰਨਾ ਵਾ ਤੇ ਕਹਿੰਦੇ ਇੱਥੇ ਮੇਰੇ ਸਾਹਮਣੇ ਸਮਾਧੀ ਲਗਾ ਕੇ ਤੁਸੀਂ ਕੀ ਦਗਾਣਾ ਮੈਂ ਤੇ ਜਿੱਥੇ ਮਰਜੀ ਤੁਸੀਂ ਸਮਾਧੀ ਲਾਓ ਮੈਂ ਉੱਥੇ ਤੁਹਾਨੂੰ ਦੇਖ ਲਵਾਂਗਾ ਗੁਰੂ ਜੀ ਨੇ ਇੱਕ ਵਾਰ ਇੱਕ ਬੰਦੇ ਨੇ ਸਵਾਲ ਪੁੱਛਿਆ ਕਿ ਗੁਰੂ ਜੀ ਜਾਂ ਤੇ ਪਾਠ ਪੂਜਾ ਤੋਂ ਪਹਿਲਾਂ ਲੰਗਰ ਪਾਣੀ ਸ਼ਕਾਉਂਦੇ ਆ ਜਾਂ ਪਾਠ ਪੂਜਾ ਤੋਂ ਬਾਅਦ ਗੁਰੂ ਜੀ ਲੰਗਰ ਪਾਣੀ ਸ਼ਕਾਉਂਦੇ ਆ ਤੇ ਤੁਸੀਂ ਵਿਚੇ ਕਿਉਂ ਸ਼ਕਾਉਂਦੇ ਹੋ ਉਧਰੋਂ ਪਾਠ ਚੱਲਦਾ ਹੁੰਦਾ ਸ਼ਬਦ ਲੱਗੇ ਹੁੰਦੇ ਤੁਸੀਂ ਵਿਚਾਈ ਚਾਹ ਪਾਣੀ ਲੰਗਰ ਸੰਗਤ ਨੂੰ ਦੇ ਦਿੰਦੇ ਹੋ ਤਾਂ ਗੁਰੂ ਜੀ ਨੇ ਉਹਨੂੰ ਪੁੱਛਿਆ ਕਹਿੰਦੇ ਕਿਹੜੀ ਕਿਤਾਬ ਚ ਲਿਖਿਆ ਹੋਇਆ ਜਾਂ ਪਹਿਲਾਂ ਸ਼ਿਕਾਇਤ ਤੇ ਜਾਂ ਬਾਅਦ ਚ ਸ਼ਿਕਾਇਤ ਇਹ ਕਹਿੰਦੇ ਤੁਸੀਂ ਬਣਾਏ ਆ ਅਸੂਲ ਹੈ ਅਸੀਂ ਤਾਂ ਕੋਈ ਜ਼ੁਮਕਾ ਨਾ ਬਣਾ ਕੇ ਦਿੱਤਾ ਕਿਸੇ ਦਾ ਦਿਲ ਆਇਆ ਉਹਨੇ ਪਹਿਲਾਂ ਸ਼ਿਕਾਇਤ ਤਾ ਕਿਸੇ ਦਾ ਦਿਲ ਆਇਆ ਉਹਨੇ ਬਾਅਦ ਚ ਸ਼ਿਕਾਇਤ ਤਾ ਤਾਂ ਕਹਿੰਦੇ ਜੇ ਮੈਂ ਵੇਚ ਸ਼ਿਕਾ ਰਿਆਂ ਤੁਹਾਨੂੰ ਤੱਕੀ ਪ੍ਰੋਬਲਮ ਕੀ ਆ ਗੁਰੂ ਜੀ ਦੀਆਂ ਗੱਲਾਂ ਦਾ ਕਿਸੇ ਕੋਲ ਜਵਾਬ ਨਹੀਂ ਹੁੰਦਾ ਸੀ ਅੱਜ ਵੀ ਤੁਸੀਂ ਪੂਰੀ ਦੁਨੀਆ ਘੁੰਮ ਲੋ ਜੋ ਗੁਰੂ ਜੀ ਨੇ ਕਹਿ ਦਿੱਤਾ ਜੋ ਗੁਰੂ ਜੀ ਨੇ ਕਰਕੇ ਦਿਖਾਇਆ ਉਹ ਅੱਜ ਵੀ ਅਟਲ ਆ ਜੋ ਸੱਚਾ ਉਹ ਸੱਚ ਹੀ ਰਹਿਣਾ ਵਾ ਉਹ ਦੁਨੀਆ ਦੇ ਦਾਣ ਉਹਨੇ ਬਦਲਣਾ ਨਹੀਂ ਹੈ ਦਾ ਜੇ ਆਦਾ ਜੁਗਾਦਾ ਤੋਂ ਦੁਨੀਆ ਕਹਿੰਦੀ ਹੈ ਨਾ ਸੱਚ ਝੂਠ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ ਜਾ ਇੱਕ ਪੈਸੇ ਦਾ ਸੱਚ ਲੈ ਕੇ ਆ ਤੇ ਇੱਕ ਪੈਸੇ ਦਾ ਝੂਠ ਲੈ ਕੇ ਆ ਤਾਂ ਜਦੋਂ ਗਏ ਨਾ ਤੇ ਉਹਨਾਂ ਨੂੰ ਕਿਸੇ ਨੇ ਨਹੀਂ ਦਿੱਤਾ ਇੱਕ ਗਿਆਨੀ ਪੁਰਸ਼ ਕੋਲ ਪਹੁੰਚੇ ਹੋ ਉਹਨਾਂ ਨੇ ਕਾਗਜ਼ ਦੇ ਉੱਤੇ ਲਿਖ ਕੇ ਦੋ ਪੈਸੇ ਲੈ ਲਏ ਤੇ ਕਾਗਜ਼ ਦੇ ਉੱਤੇ ਲਿਖ ਦਿੱਤਾ ਮਰਨਾ ਸੱਚਾ ਜੀਣਾ ਝੂਠਾ ਕਿਉਂਕਿ ਇੱਕ ਦਿਨ ਅਸੀਂ ਮਰਨਾ ਹੈਗਾ ਇਹ ਦੁਨੀਆ ਦਾ ਅਟਲ ਸੱਚ ਹੈਗਾ ਇਹ ਕਦੀ ਨਹੀਂ ਹੋਇਆ ਕਿ ਕੋਈ ਵੀ ਬੰਦਾ ਇੱਥੇ ਦੁਨੀਆ ਤੇ ਜਨਮ ਲਵੇ ਤੇ ਉਹਨੇ ਮਰਦਾ ਹੀ ਨਹੀਂ ਇਹ ਸੱਚਾ ਔਰ ਜੀਣਾ ਝੂਠੇ ਇਸ ਕਰਕੇ ਆ ਕਿ ਅਸੀਂ ਸਾਰੀ ਰਹਿੰਦੀ ਦੁਨੀਆ ਤੱਕ ਅਸੀਂ ਜੀ ਨਹੀਂ ਸਕਦੇ ਇੱਥੇ ਜਿੰਨੀ ਉਮਰ ਅਸੀਂ ਲਿਖਾ ਕੇ ਆਏ ਆ ਓਨੀ ਹੀ ਅਸੀਂ ਉਮਰ ਭੁਗਤ ਕੇ ਸਾਡੇ ਸਵਾ ਖਤਮ ਹੋਣੇ ਆ ਤੇ ਉਹ ਦਿਨ ਅਸੀਂ ਇਹ ਦੁਨੀਆ ਛੱਡ ਕੇ ਤੇ ਅੱਗੇ ਜੋ ਸਾਡੇ ਕਰਮਾਂ ਦੇ ਅਨੁਸਾਰ ਜੋ ਕੇ ਲਿਖਿਆ ਤੇ ਸਾਨੂੰ ਉੱਥੇ ਜਾਣਾ ਪੈਂਦਾ ਅਸੀਂ ਇਹ ਭੁੱਲ ਜਾਂਨੇ ਆ ਸਚਾਈਆਂ ਤੋਂ ਭੁੱਲ ਜਾਨਨੇ ਆ ਅਸੀਂ ਝੂਠੇ ਔਰ ਝੂਠੀਆਂ ਗੱਲਾਂ ਦੇ ਪਿੱਛੇ ਲੱਗ ਜਾਨਨੇ ਆ ਅਸੀਂ ਪਰਮਾਤਮਾ ਜਦੋਂ ਵੀ ਇਸ ਧਰਤੀ ਤੇ ਆਇਆ ਇੱਕੋ ਗੱਲ ਸਿਖਾਉਣ ਆਇਆ ਸਾਨੂੰ ਕਿ ਝੂਠੀਆਂ ਚੀਜ਼ਾਂ ਦੇ ਪਿੱਛੇ ਨਾ ਜਾਓ ਸੱਚ ਦੇ ਉੱਤੇ ਰਹੋ ਸੱਚ ਨਹੀਂ ਤੁਹਾਨੂੰ ਤਾਰਦਾ ਔਰ ਸੱਚ ਦੇ ਵਿੱਚ ਹੀ ਪਰਮਾਤਮਾ ਵਸਦਾ ਝੂਠ ਪਿਆਰਾ ਬੜਾ ਲੱਗਦਾ ਵਾ ਇਹ ਰਿਸ਼ਤੇਦਾਰ ਇਹ ਭੈਣ ਭਰਾ ਇਹ ਬੱਚੇ ਧਨ ਦੌਲਤ ਇਹ ਸਭ ਝੂਠੇ ਨੇ ਸੱਚਾ ਇੱਕੋ ਹੀ ਆ ਪਰਮਾਤਮਾ ਜਿੰਨੇ ਸਾਡਾ ਅੰਤ ਤੱਕ ਜਿਹੜਾ ਸਾਥ ਦਿੰਦਾ ਵਾ ਅੰਤ ਤੱਕ ਔਰ ਕਈ ਤੇ ਗਿਆਨੀ ਪੁਰਸ਼ ਤੇ ਇਹ ਵੀ ਦੱਸਦੇ ਅੰਤ ਤੋਂ ਬਾਅਦ ਵੀ ਹੋਈ ਸਾਰ ਤੰਦਾ ਵਾ بڑا ਗੁਰੂ ਜੀ ਦਾ ਉਦਾਹਰਣਾ ਦੇਣੀਆਂ ਕਈ ਵਾਰੀ ਗੁਰੂ ਜੀ ਦੇ ਕੋਲ ਸੰਗਤ ਆਣੇ ਸੰਗਤਾਂ ਨੇ ਝੂਠ ਵੀ ਬੋਲਣਾ ਇੱਕ ਵਾਰੀ ਜੈਂਟ ਸਿਕ ਲੇਡੀਜ਼ ਆਏ ਗੁਰੂ ਜੀ ਦੇ ਕੋਲ ਮੱਥਾ ਟੇਕਿਆ ਤੇ ਗੁਰੂ ਜੀ ਨੇ ਨਹੀਂ ਤਾਂ ਹਮੇਸ਼ਾ ਗੁਰੂ ਜੀ ਨਾ ਪੁੱਛਦੇ ਹੁੰਦੇ ਸੀ ਅੱਜ ਕਿੱਦਾਂ ਹੈ ਗੁਰੂ ਨੇ ਬੰਦੇ ਨੂੰ ਪੁੱਛਿਆ ਆਹ ਕੌਣ ਆ ਤੇਰੇ ਨਾਲ ਉਨੇ ਕਿਹਾ ਗੁਰੂ ਜੀ ਮੇਰੀ ਵਾਈਫ ਆ ਤੇ ਗੁਰੂ ਇਹਨੇ ਨਾ ਮੂੰਹ ਪਾਸੇ ਕਰ ਲਿਆ ਤੇ ਥੋੜੀ ਦੇਰ ਬਾਅਦ ਉਹਨੂੰ ਫੇਰ ਪੁੱਛਿਆ ਕਹਿੰਦੇ ਕੌਣ ਆ ਤੇਰੇ ਨਾਲ ਜਿਹੜੀ ਆਈ ਆ ਕਹਿੰਦਾ ਗੁਰੂ ਜੀ ਵਾਈਫ ਆ ਕਹਿੰਦਾ ਤੂੰ ਹੀ ਸੱਚੋ ਸੱਚ ਦੱਸਣਾ ਕਿ ਮੈਂ ਹੀ ਤੈਨੂੰ ਦੱਸ ਦਵਾ ਕੌਣ ਹੈਗੀ ਐ ਤੇਰੇ ਨਾਲ ਜਿਹੜੀ ਆਈ ਆ ਘਰ ਵਾਲੀ ਨੂੰ ਕਹਿੰਦੇ ਤੂੰ ਘਰ ਛੱਡ ਕੇ ਆਇਆ ਤੇ ਇਹ ਤੂੰ ਆਪਣੀ ਤੋਂ ਫਰੈਂਡ ਦੇ ਨਾਲ ਤੂੰ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਤੂੰ ਵਾਈਫ ਨੇ ਵਾਈਫ ਹੈਗੀ ਆ ਉਹ ਬਹੁਤ ਬੜਾ ਸ਼ਰਮਿੰਦਾ ਹੋਇਆ ਉਹ ਨੇੜੀ ਤਾਂ ਫੜਾ ਫੱਟ ਪਿੱਛੇ ਬੈਠੀ ਸੀ ਉੱਠੀ ਉਹ ਤੇ ਭੱਜ ਗਈ ਉਹ ਜੈਂਸ ਨੂੰ ਬਿਠਾ ਲਿਆ ਗੁਰੇ ਨੇ ਕਹਿੰਦੇ ਤੋ ਮੈਨੂੰ ਕੀ ਸਮਝ ਕੇ ਆਇਆ ਤੂੰ ਮੇਰੇ ਕੋਲ ਇੱਥੇ ਆਇਆ ਤੂੰ ਮੈਨੂੰ ਕੀ ਸਮਝ ਕੇ ਆਇਆ ਤੂੰ ਮੇਰੇ ਕੋਲ ਚੋਪ ਗੁਰੂ ਜੀ ਨੇ ਫੇਰ ਉਹਦੀ ਇਹੋ ਫਾਈਲ ਖੋਲੀ ਉਹ ਫਾਈਲ ਖੋਲੀ ਵਿਚਾਰਾ ਰੋਂਦਾ ਹੀ ਗਿਆ ਰੋਂਦਾ ਹੀ ਗਿਆ ਰੋਂਦਾ ਹੀ ਗਿਆ ਬੜੀਆਂ ਮਾਫੀਆਂ ਮੰਗੀਆਂ ਉਹਨੇ ਗੁਰੂ ਜੀ ਕਹਿੰਦੇ ਮੇਰੇ ਕੋਲ ਤੁਸੀਂ ਕੀ ਲੁਕਾਉਂਦੇ ਹੋ ਮੈਨੂੰ ਤੁਸੀਂ ਸੱਚ ਦੱਸ ਦੋ ਤੁਹਾਡਾ ਕੁਝ ਵਿਗੜਤ ਨਹੀਂ ਜਾਣਾ ਸਗੋ ਤੁਹਾਡਾ ਸੁਧਰੇਗਾ ਝੂਠ ਬੋਲ ਕੇ ਤੁਸੀਂ ਹੋਰ ਇੱਕ ਕਰਮ ਖਰਾਬ ਕਰ ਲੈਂਦੇ ਹੋ ਆਪਣਾ ਕਿ ਝੂਠ ਬੋਲ ਕੇ ਅ ਗੁਰੂਆਂ ਨੂੰ ਵੀ ਅਸੀਂ ਬੇਵਪੂ ਪੜਾ ਦਵਾਂਗੇ ਇਦਾਂ ਕਿਦਾਂ ਹੋ ਜਾਏਗਾ ਕਹਿੰਦੇ ਜਾ ਆਪਣੀ ਘਰ ਵਾਲੀ ਨੂੰ ਕੱਲ ਮੇਰੇ ਕੋਲ ਲੈ ਕੇ ਆਈ ਫੇਰ ਮੈਂ ਤੇਰੀ ਗੱਲ ਸੁਣਾਗਾ ਦੁੱਤੀ ਉਹ ਜਦੋਂ ਅਗਲੇ ਦਿਨ ਆਏ ਮੀਆਂ ਬੀਵੀ ਇਕੱਠੇ ਤੇ ਫਿਰ ਗੁਰੂ ਜੀ ਨੇ ਕਿਹਾ ਕਹਿੰਦੇ ਪੂਰਨ ਗੁਰੂ ਬੋਲ ਹਮੇਸ਼ਾ ਪੂਰੇ ਹੋ ਕੇ ਆਈਦਾ ਕਦੀ ਅਧੂਰੇ ਨਹੀਂ ਆਈਦਾ ਪੂਰੇ ਅਸੀਂ ਕਦੋਂ ਆ ਜੇ ਅਸੀਂ ਵਿਆ ਕਰਾਲਿਆ ਸਾਡੇ ਬੱਚੇ ਹੈਗੇ ਆ ਅਸੀਂ ਪੂਰੇ ਉਦੋਂ ਹੋਣਾ ਵਾ ਜਦੋਂ ਅਸੀਂ ਆਪਣੇ ਬੀਵੀ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਅਸੀਂ ਗੁਰੂ ਦੇ ਕੋਲ ਜਾਈਏ ਗੁਰੂ ਦੇ ਚਰਨਾਂ ਦੇ ਕੋਲ ਜਾਈਏ ਸਾਡੀ ਫੇਰ ਬੇਨਤੀ ਕਬੂਲ ਹੁੰਦੀ ਆ ਸਾਡੀ ਅਰਦਾਸ ਫੇਰ ਕਬੂਲ ਹੁੰਦੀ ਆ ਅਦਰਵਾਇਜ਼ ਕੀ ਆ ਅਸੀਂ ਗਏ ਅਧੂਰੇ ਅਧੂਰੀਆਂ ਹੀ ਗੱਲਾਂ ਕਰਨੀਆਂ ਤੇ ਅਧੂਰੇ ਹੀ ਸਭ ਕੁਝ ਪ੍ਰਣਾਮ ਜੋ ਵੀ ਨਿਕਲਨੇ ਆ ਨਤੀਜੇ ਉਹ ਸਭ અધੂਰੇ ਨਿਕਲਨੇ ਫਿਰ ਅਸੀਂ ਕਹਿੰਨੇ ਆ ਜੀ ਸਾਨੂੰ ਇੰਨੇ ਸਾਲ ਹੋ ਗਿਆ ਗੁਰੇ ਕੋ ਅੰਦਰ ਸਾਡਾ ਤਾਂ ਕੁਝ ਬਣਦਾ ਨਹੀਂ ਮੈਂ ਕਈ ਸੰਗਤ ਵਿੱਚ ਦੇਦਾ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ ਕਿ ਪੂਰੇ ਹੋ ਕੇ ਉਸ ਗੁਰੂ ਨੂੰ ਧਿਆਣਾ ਚਾਹੀਦਾ ਉਸ ਗੁਰੂ ਕੋ ਜਾਣਾ ਚਾਹੀਦਾ ਗੁਰੂ ਵੀ ਖੁਸ਼ ਹੁੰਦਾ ਕੱਲਾ ਕੋਈ ਆ ਜਾਵੇ ਗੁਰੂ ਜੀ ਨੂੰ ਵੀ ਨਹੀਂ ਪਸੰਦ ਗੁਰੂ ਜੀ ਪੁੱਛਦੇ ਹੁੰਦੇ ਸੀ 20 ਕਿੱਧਾ ਆ ਗਈ ਮੇਰੇ ਕੋਲ ਤੇਰਾ ਘਰ ਵਾਲਾ ਕਿੱਥੇ ਆ ਜਾ ਦੌੜ ਜਾ ਘਰ ਵਾਲੇ ਨਾਲ ਲੈ ਕੇ ਆਈ ਫੇਰ ਗੱਲ ਕਰਾਂਗੇ ਆਪਾਂ ਇਹ ਉਹ ਸੁਣ ਲੈ ਗੁਰੂ ਜੀ ਐਦਾਂ ਦੀਆਂ ਗੱਲਾਂ ਹਰ ਸੰਗਤ ਨੂੰ ਸਮਝਾਉਂਦੇ ਹੁੰਦੇ ਸੀ ਸਮਝਾਉਂਦੇ ਗੁਰੂ ਜੀ ਇੱਕ ਵਾਰੀ ਹੀ ਹਿੰਦੇ ਸੀ ਸਮਝ ਲੋ ਏ ਨਹੀਂ ਗੀ بار بار ਬਾਕੀ ਕਹਿੰਦੇ ਤੁਸੀਂ ਆਪਣੇ ਗਰਮ ਆਪ ਕਰਨੇ ਆ ਮੈਂ ਤਾਂ ਤੁਸੀਂ ਗਲਤ ਜਾ ਰਹੇ ਹੋ ਮੈਂ ਤਾਂ ਤੁਹਾਨੂੰ ਮਾੜਾ ਜਿਹਾ ਰਸਤਾ ਦਿਖਾਣਾ ਹੋ ਇੱਧਰ ਨਾ ਜਾ ਇੱਧਰ ਚੱਲ ਜਾ ਇਹ ਚੱਲਣਾ ਅਸੀਂ ਆ ਕਿਹੜੀ ਸੜਕ ਫੜਨੀ ਆ ਤੇ ਕਿਹੜੀ ਦੋਰ ਫੜਨੀ ਆ ਅਸੀਂ ਕਿੱਧਰ ਨੂੰ ਜਾਣਾ ਫਿਰ ਚੱਲਣਾ ਸਾਨੂੰ ਹੀ ਪੈਣਾ ਵਾ ਹੁਣ ਗੁਰੂ ਜੀ ਕਦੇ ਵੀ ਕਿਤੇ ਜਾਂਦੇ ਹੁੰਦੇ ਸੀ ਜਦੋਂ ਸੰਗਤ ਨੂੰ ਕਿਉਂ ਪਿੱਛੇ-ਪਿੱਛੇ ਰੱਖਦੇ ਸੀ ਆਪਣੇ ਗੁਰੂ ਜੀ ਤੇ ਇਹ ਵੀ ਕਹਿ ਸਕਦੇ ਹੁੰਦੇ ਸੀ ਕਿ ਜਾਓ ਉੱਥੇ ਪਹੁੰਚੋ ਮੈਂ 9 ਵਜੇ ਆਪਣੀ ਗੱਡੀ 'ਚ ਆ ਜਾਵਾਂਗਾ ਨਹੀਂ ਗੁਰੂ ਜੀ ਇਹ ਸਾਨੂੰ ਸਿਖਾਉਂਦੇ ਹੁੰਦੇ ਸੀ ਕਿ ਇਕੱਠੇ ਹੋ ਕੇ ਰਹਿਣਾ ਤੇ ਇਕੱਠੇ ਜਾਣਾ ਜਿੱਥੇ ਵੀ ਜਾਣਾ ਸੀ ਗੁਰੂ ਜੀ ਦਾ ਕਾਫਲਾ ਬੜਾ ਲੰਮਾ ਹੁੰਦਾ ਸੀ ਕਈ ਵਾਰ 20-25 ਗੱਡੀਆਂ ਹੋਣੀਆਂ ਕਈ ਵਾਰ 50-60 ਗੱਡੀਆਂ ਦਾ ਕਾਫਲਾ ਹੁੰਦਾ ਸੀ। ਔਰ ਜੇ ਇੱਕ ਜਗ੍ਹਾ ਗੁਰੂ ਜੀ ਦੀ ਗੱਡੀ ਰੁੱਕ ਗਈ ਤੇ ਸਾਰੇ ਪਿੱਛੇ ਖੜੇ ਆ। ਇੱਕ ਵਾਰੀ ਲੁਧਿਆਣੇ ਕਿਸੇ ਦੇ ਵਿਆਹ ਤੇ ਜਾਣਾ ਸੀ ਤੇ ਉਸ ਨੇ ਗੁਰੂ ਜੀ ਦੀ ਗੱਡੀ 'ਚ ਮੈਂ ਬੈਠਾ ਸੀ ਤੇ ਮੈਨੂੰ ਉਸ ਵੱਲ ਗੁਰੂ ਜੀ ਨੇ ਕਿਹਾ ਤੈਨੂੰ ਪਤਾ ਉਹਨਾਂ ਦੇ ਘਰ ਦਾ ਮੈਂ ਕਿਹਾ ਹਾਂਜੀ ਪਤਾ ਜੀ ਕਹਿੰਦੇ ਚੱਲ ਫਤ ਤੂੰ ਮੇਰੀ ਗੱਡੀ 'ਚ ਬੈਠ ਤੇ ਤੇ ਬਾਕੀ ਸਾਰੇ ਪਿੱਛੇ ਆਣਗੇ ਤੇ ਆਪਾਂ ਲੁਧਿਆਣਾ ਜਾਣਾ ਉਹਦੇ ਵਿਆਹ ਤੇ ਤੇ ਚਲੋ ਤੇ ਮੈਂ ਜਦੋਂ ਗਿਆ ਉੱਥੇ ਲੁਧਿਆਣਾ ਅਸੀਂ ਪਹੁੰਚੇ ਤਾਂ ਮੈਂ ਨਾ ਇੱਕ ਸੜਕ ਭੁੱਲ ਗਿਆ ਸੜਕ ਭੁੱਲ ਗਿਆ ਤੇ ਮੈਂ ਕਿਤੇ ਗਲਤੀ ਨਾਲ ਅਲੱਗ ਇੱਕ ਗਲਤ ਰੋਡ ਦੇ ਉੱਤੇ ਚੜ ਗਏ ਤੇ ਮੈਂ ਗੁਰੂ ਜੀ ਨੂੰ ਕਿਹਾ ਮੈਂ ਕਿਹਾ ਗੁਰੂ ਜੀ ਆਪਾਂ ਗਲਤ ਰੋਡ ਤੇ ਚੜ ਗਏ ਮੈਂ ਕਹਾਂ ਹੁਣ ਪਿੱਛੇ ਤੇ 40-50 ਗੱਡੀਆਂ ਆ ਗਈਆਂ ਤੇ ਇਹ ਮੋੜ ਲੱਗੇ ਤਾਂ ਗਲੀ ਛੋਟੀ ਆ ਇਹ ਤਾਂ ਬਿਲਕੁਲ ਸਟਕ ਹੋ ਜਾਣਾ ਸਾਰਾ ਮਤਲਬ ਕਿ ਫਸ ਜਾਵਾਂਗੇ ਅਸੀਂ ਜੋ ਕੋ ਹੋਰ ਬਾਅਦ ਨਹੀਂ ਗੱਡੀ ਆ ਗਈ ਤੇ ਰੋੜਾ ਪਏਗਾ ਤੇ ਗੁਰੂ ਜੀ ਹੱਸ ਪਏ ਗੁਰੂ ਜੀ ਕਹਿੰਦੇ ਮੈਨੂੰ ਪਤਾ ਸੀ ਤੂੰ ਗਲਤ ਬਾਸੇ ਲੈ ਕੇ ਜਾਣਾ ਕਹਿੰਦੇ ਸਿੱਧਾ ਲੈ ਗੱਡੀ ਹੁਣ ਅਕੇ ਚੌਂਕ ਹੈਗਾ ਚੌਂਕ ਤੋਂ ਘੁਮਾ ਸਾਰੀਆਂ ਗੱਡੀਆਂ ਫਿਰ ਵਾਪਸ ਆ ਵੈਰ ਅਸੀਂ ਉਹ ਗਏ ਅੱਗੇ ਜਾ ਕੇ ਤੇ ਉਹ ਫਿਰ ਡਰਾਈਵਰ ਜਿਹੜੇ ਅੰਕਲ ਸਿੰਘ ਉਹਨਾਂ ਨੂੰ ਵੀ ਯਾਦ ਆ ਗਿਆ ਕਹਿੰਦੇ ਹਾਂ ਅੱਗੇ ਚੌਂਕ ਹੈਗਾ ਤੇ ਚੌਂਕ ਤੋਂ ਆਪਾਂ ਘੁਮਾ ਲੈਨੇ ਆ ਤੇ ਘੁਮਾ ਕੇ ਉੱਥੋਂ ਅਸੀਂ ਫਿਰ ਸਹੀ ਰੋਡ ਪਕੜ ਕੇ ਤੇ ਅਸੀਂ ਉੱਥੇ ਪਰ ਚੱਲ ਜਵਾਂ ਸੋ ਇਹ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਬੜੀਆਂ ਯਾਦ ਆਂਦੀਆਂ ਗੁਰੂ ਜੀ ਦੀਆਂ ਔਰ ਤੁਹਾਡੇ ਨਾਲ ਸ਼ੇਅਰ ਕਰ ਲਈ ਦੀਆਂ ਐਨ ਲੱਗਦਾ ਕਿ ਜਿਵੇਂ ਗੁਰੂ ਜੀਆਂ ਸੀ ਗੱਲਾਂ ਕਰ ਰਹੇ ਆ ਗੁਰੂ ਜੀ ਦੇ satsang ਕਰ ਰਹੇ ਆ ਗੁਰੂ ਜੀਆਂ ਬਖਸ਼ੀਸ਼ਾ ਜੇ ਅਸੀਂ ਬਸ ਰਹੇ ਆ ਤੇ ਐਨ ਲੱਗਦਾ ਵਾ ਕਿ ਗੁਰੂ ਜੀ ਨਾਲ ਹੀ ਬੈਠੇ ਆ ਸਾਨੂੰ ਵੀ ਬੜਾ ਮਨ ਨੂੰ ਚੈਨ ਮਿਲਦੀ ਆ ਬਲਕਿ ਮੇਰੀ ਤਬੀਅਤ ਠੀਕ ਨਹੀਂ ਸੀਗੀ ਸਵੇਰੇ ਥੋੜੇ ਤਬੀਅਤ ਵਿਗੜ ਗਈ ਸੀ ਮੇਰੀ ਕੋਲ ਡਬਲ ਬੋਲੀ ਖਾ ਲਈ ਸੁਮਾ ਮੈਂ ਡੈਡੀ ਨੂੰ ਨਾ ਅੱਧਾ ਘੰਟਾ ਪਹਿਲਾਂ ਕਹਿ ਰਿਹਾ ਸੀ ਡੈਡੀ ਤੁਸੀਂ ਆਪ ਸਸੰਗ ਕਰਦੇ ਹੋ ਮੇਰੇ ਚ ਬੋਲਣ ਦੀ ਹਿੰਮਤ ਨਹੀਂ ਹੈਗੀ ਤੇ ਡੈਡੀ ਕਹਿੰਦੇ ਜੇ ਬੋਲਣ ਦੀ ਹਿੰਮਤ ਨਹੀਂ ਹੈਗੀ ਤਾਂ ਜਿਨ੍ਹਾਂ ਨੇ ਬੋਲਣ ਦੀ ਹਿੰਮਤ ਦੇਣੀ ਆ ਤੂੰ ਉਹਨਾਂ ਨੂੰ ਛੱਡ ਦੇਂਗਾ ਤੇ ਫਿਰ ਹਿੰਮਤ ਤੈਨੂੰ ਕਿੱਥੋਂ ਆਏਗੀ ਤੇ ਇਹਦੇ ਸਸੰਗ ਕਰ ਦੇ ਕਿਦਾਂ ਹਿੰਮਤ ਆਂਦੀ ਖਸ ਤੂੰ ਇਹ ਗੱਲ ਹੋਈ ਆ ਜਦ ਸ਼ੁਰੂ ਹੀ ਕੀਤਾ ਤੇ ਬੈਠੇ ਮਾਲਿੰਗ ਸਰ ਤੇ ਆਪਣੇ ਆਪ ਕਰਵਾਉਂਦੇ ਸਾਰਾ ਕੰਮ ਉਹ ਅੱਛਾ ਸੰਗਤ ਜੀ ਜੈ ਗੁਰੂ ਜੀ